अगर आपने नई और ताज़ा खबरें देखने के लिए दिव्या पंजाब टीवी को सब्सक्राइब नहीं किया तो कृपया जरूर करें। ਅੱਜ ਨਹੀਂ ਕੋਈ ਕਾ ਗੱਲ ਕਰਨੀ ਜੇ ਜ਼ੋਰ ਮਨ ਮੁੱਕ ਗਿਆ ਫਿਰ ਕਰਾਂਗੇ। ਅੱਜ ਅਸੀਂ ਸਰਦਾਰ ਸੁੱਚਾ ਸਿੰਘ ਲੰਗਾਹ ਨੂੰ ਜਿਹੜਾ ਉਹਨਾਂ ਦੇ ਖਿਲਾਫ 376 ਦਾ ਕੇਸ ਰਜਿਸਟਰ ਹੋਇਆ ਹੋਇਆ ਉਹਦੇ 'ਚ ਅਸੀਂ ਬਾਨਯੋਗ ਕੋਰਟ 'ਚ ਉਹਨਾਂ ਨੂੰ ਲੈ ਕੇ ਆਏ ਸੀ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ। ਅਸੀਂ ਕਈ ਚੀਜ਼ਾਂ ਅਜੇ ਬਰਾਮਦ ਕਰਨੀਆਂ ਨੇ ਅਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਅਸੀਂ ਕੋਰਟ ਤੋਂ 7 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ। ਕੋਰਟ ਨੇ ਸਾਡੀ ਡਿਮਾਂਡ ਨੂੰ ਮੰਨਦੇ ਹੋਏ ਸਾਨੂੰ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਦੇਖੋ ਜੋ ਸਾਡਾ ਇਨਵੈਸਟੀਗੇਸ਼ਨ ਦਾ ਉਹ ਮੈਂ ਤੁਹਾਨੂੰ ਨਹੀਂ ਡਿਸਕਲੋਜ਼ ਕਰ ਸਕਦਾ। ਇਹ ਅਸੀਂ ਫਾਈਨਲੀ ਜਦੋਂ ਅਸੀਂ ਕੋਰਟ 'ਚ 173 ਦੀ ਰਿਪੋਰਟ ਸਬਮਿਟ ਕਰਾਂਗੇ ਇਹ ਸਾਰਾ ਉਦੋਂ ਡਿਸਕਲੋਜ਼ ਕਰਾਂਗੇ। ਕਾਰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ? ਕਾਰ ਅਸੀਂ ਕੱਲ੍ਹ ਕਾਰ ਦੀ ਡਿਮਾਂਡ ਕੀਤੀ ਸੀ। ਕਾਰ ਇਹਨਾਂ ਦੇ ਕੱਲ੍ਹ ਵਾਰਸਾਂ ਨੇ ਕੋਰਟ 'ਚ ਸਰੈਂਡਰ ਕਰਤੀ ਸੀ, ਉਹ ਅਸੀਂ ਰਿਕਵਰ ਕਰ ਲਈ ਹੈ। ਬਟ ਹੋਰ ਕਈ ਚੀਜ਼ਾਂ ਸਾਡੀਆਂ ਰਹਿੰਦੀਆਂ ਜਿਹੜੀਆਂ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀਆਂ।